ਹਾਂਜੀ ਪਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਅੰਤਰ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਔਰ ਜਿਹਦੇ ਵਿੱਚ ਵੱਖ ਵੱਖ ਗੁਰਦੁਆਰਿਆਂ ਸਾਹਿਬ ਦੇ ਜਿਹੜੇ ਮਸਲੇ ਸੀ ਉਹ ਸਾਰੇ ਵਿਚਾਰੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਜਿਹੜਾ 15 ਨਵੰਬਰ ਨੂੰ ਆ ਰਿਹਾ ਹੈ ਉਹਦੇ ਸਬੰਧੀ ਵਿਚਾਰਾਂ ਕੀਤੀ ਗਈਆਂ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਹੋਣਗੀਆਂ ਤੋ ਸਾਰੇ ਜਿੰਨੇ ਵੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ ਸਾਹਿਬਾਨ ਨੇ ਔਰ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਜਿਹੜਾ 100 ਸਾਲਾ ਸਥਾਪਨਾ ਦਿਵਸ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਨਾਇਆ ਜਾਵੇਗਾ ਜਿਹਦੇ ਸਾਡੇ ਸਕੂਲ ਨੇ ਔਰ ਕਾਲਜ ਨੇ ਸਾਰਿਆਂ ਦੇ ਵਿੱਚ ਹੀ ਸਾਰੇ ਥਾਂ ਦੇ ਉੱਤੇ ਬਹੁਤ ਧੂਮਧਾਮ ਦੇ ਨਾਲ ਸ਼ਾਨਦਾਰ ਦੇ ਨਾਲ ਇਸ ਮਹਾਨ ਦਿਵਸ ਹੈ ਜਿਹੜਾ 100 ਸਾਲਾ ਉਹਨੂੰ ਮਨਾਇਆ ਜਾਵੇਗਾ ਇਸ ਤੋਂ ਇਲਾਵਾ ਕਿਉਂਕਿ ਵਿਸ਼ੇਸ਼ ਸਮਾਗਮ ਜਿੱਥੇ ਕੀਤੇ ਜਾਣਗੇ ਉੱਥੇ ਇਤਿਹਾਸਕ ਜਿਹੜੇ ਦਸਤਾਵੇਜ਼ ਵੀ ਉਹ ਤਿਆਰ ਕੀਤੇ ਜਾਣਗੇ ਤਾਂ ਲੋਕਾਂ ਤੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੁਣ ਤੱਕ ਜੋ ਪ੍ਰਾਪਤੀਆਂ ਨੇ ਜੋ ਆਦੇਸ਼ ਨੇ ਜੋ ਕੰਮ ਕੀਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਸਾਰੇ ਲੋਕਾਂ ਤੱਕ ਜਿਹੜਾ ਹੈ ਅਸੀਂ ਪਹੁੰਚਾਵਾਂਗੇ ਸੋ ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿਹੜਾ 2 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਉਹਦੀਆਂ ਵੀ ਤਿਆਰੀਆਂ ਜਿਹੜੀਆਂ ਸਾਰੀਆਂ ਅਸੀਂ ਆਰੰਭ ਦਿੱਤੀਆਂ ਨੇ ਉਹਨਾਂ ਦਾ ਸਾਰਾ ਜਾਇਜ਼ਾ ਵੀ ਲਿਆ ਗਿਆ ਇਸੇ ਤਰ੍ਹਾਂ 31 ਤਾਰੀਖ ਨੂੰ ਨਗਰ ਕੀਰਤਨ ਹੋਵੇਗਾ ਔਰ ਇਸੇ ਤਰ੍ਹਾਂ ਵੱਡੇ ਸਮਾਗਮ ਜਿਹੜੇ ਨੇ ਗੁਰਦੁਆਰਾ ਮੱਜੀ ਸਾਹਿਬ ਦੀਵਾਨ ਹਾਲ ਵਿਖੇ ਕਰਾਏ ਜਾਣੇ ਕੀਰਤਨ ਦਰਬਾਰ ਵੀ ਉਸ ਸਥਾਨ ਤੇ ਹੋਏਗਾ ਇਹ ਸਾਰਿਆਂ ਦੀਆਂ ਅਸੀਂ ਵਿਚਾਰਾਂ ਵੀ ਕੀਤੀਆਂ ਇਸੇ ਤਰ੍ਹਾਂ ਸਾਕਾ ਨਨਕਾਣਾ ਸਾਹਿਬ ਜਿਹੜਾ 100 ਸਾਲਾ ਅਗਲੇ ਸਾਲ 21 ਫਰਵਰੀ ਨੂੰ ਆ ਰਿਹਾ ਹੈ ਉਹਦੇ ਸਬੰਧੀ ਵੀ ਵਿਚਾਰਾਂ ਹੋਈਆਂ ਕਿ ਉਸ ਸਥਾਨ ਦੇ ਉੱਤੇ ਜਿਹੜੇ ਜਿਨ੍ਹਾਂ ਪਰਿਵਾਰਾਂ ਦੇ ਸ਼ਹੀਦ ਹੋਏ ਨੇ ਔਰ ਬਜ਼ੁਰਗ ਸ਼ਹੀਦ ਹੋਏ ਨੇ ਔਰ ਉਹਨਾਂ ਸਾਰਿਆਂ ਦਾ ਸਨਮਾਨ ਵੀ ਜਿਹੜਾ ਹੈ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਸਾਡੇ ਸ਼ਹੀਦ ਹੋਏ ਨੇ ਉਹਨਾਂ ਦਾ ਵੀ ਕੀਤਾ ਜਾਵੇਗਾ ਸਨਮਾਨ ਕੀਤਾ ਜਾਵੇਗਾ